ਸਟਾਰ ਇਜ਼ਰਾਈਲ ਅਤੇ ਹਮਾਸ ਵਿੱਚ ਛਿੜੀ ਜੰਗ ਨੂੰ 7 ਮਹੀਨੇ ਹੋ ਚੁੱਕੇ ਹਨ ਡੰਡੀ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਵਿੱਚ ਜਿੱਥੇ 1000 ਤੋਂ ਵਧੇਰੇ ਨਾਗਰਿਕਾਂ ਨੂੰ ਮਾਰ ਦਿੱਤਾ ਗਿਆ ਸੀ, ਉੱਥੇ ਸੈਂਕੜੇ ਹੀ ਲੋਕਾਂ ਨੂੰ ਬੰਦੀ ਬਣਾ ਕੇ ਹਮਾਸ ਦੇ ਲੜਾਕੇ ਗਾਜ਼ਾ ਪੱਟੀ ਲੈ ਗਏ ਸਨ ਡੰਡੀ। ਛੋਟੀ ਜਿਹੀ ਗਾਜ਼ਾ ਪੱਟੀ ਵਿੱਚ ਕਰੀਬ 23 ਲੱਖ ਦੇ ਕਰੀਬ ਫਿਲਸਤੀਨੀ ਰਹਿ ਰਹੇ ਹਨ ਡੰਡੀ। ਚਾਹੇ ਇਸ ਪੱਟੀ ਨੂੰ ਇਜ਼ਰਾਈਲ ਨੇ ਘੇਰਿਆ ਹੋਇਆ ਹੈ, ਪਰ ਮਿਸਰ ਨਾਲ ਵੀ ਇਸ ਦੀ ਸਰਹੱਦ ਲੱਗਦੀ ਹੈ ਡੰਡੀ। 7 ਅਕਤੂਬਰ ਤੋਂ ਬਾਅਦ ਇਜ਼ਰਾਈਲੀ ਫੌਜਾਂ ਨੇ ਪਹਿਲਾਂ ਹਵਾਈ ਹਮਲਿਆਂ ਅਤੇ ਮੁੜ ਜ਼ਮੀਨੀ ਹਮਲਿਆਂ ਵਿੱਚ ਗਾਜ਼ਾ ਦੇ ਉੱਤਰੀ ਹਿੱਸੇ ਨੂੰ ਲਗਭਗ ਤਬਾਹ ਹੀ ਕਰ ਦਿੱਤਾ ਸੀ, ਜਿੱਥੋਂ ਜਾਨ ਬਚਾ ਕੇ ਲੱਖਾਂ ਹੀ ਫਿਲਸਤੀਨੀ ਮਿਸਰ ਦੀ ਸਰਹੱਦ ਨਾਲ ਲੱਗਦੇ ਰਾਫਾਹ ਸ਼ਹਿਰ ਵਿੱਚ ਆ ਗਏ ਸਨ ਡੰਡੀ। ਗਾਜ਼ਾ ਦੇ ਉੱਤਰੀ ਅਤੇ ਕੇਂਦਰੀ ਹਿੱਸੇ ਉੱਤੇ ਇਜ਼ਰਾਈਲੀ ਫੌਜਾਂ ਦਾ ਕਬਜ਼ਾ ਹੈ। ਇਹਨਾਂ ਥਾਵਾਂ ਵਿੱਚੋਂ ਸ਼ਰਨਾਰਥੀਆਂ ਨੂੰ ਦੱਖਣੀ ਹਿੱਸੇ ਵੱਲ ਧੱਕ ਦਿੱਤਾ ਗਿਆ ਸੀ, ਜੋ ਰਾਫਾਹ ਵਿੱਚ ਇਕੱਠੇ ਹੋ ਕੇ ਬੇਹੱਦ ਤਰਸਯੋਗ ਜੀਵਨ ਬਿਤਾ ਰਹੇ ਹਨ ਡੰਡੀ। ਚਾਹੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਲੱਖਾਂ ਸ਼ਰਨਾਰਥੀਆਂ ਨੂੰ ਖੁਰਾਕ ਆਦਿ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ, ਪਰ ਬਹੁਤੀ ਵਾਰ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਇਜ਼ਰਾਈਲੀ ਫੌਜਾਂ ਰਾਹਤ ਸਮੱਗਰੀ ਨੂੰ ਗਾਜ਼ਾ ਪੱਟੀ ਵਿੱਚ ਭੇਜਣ ਤੋਂ ਰੋਕਦੀਆਂ ਰਹੀਆਂ ਹਨ, ਜਿਸ ਨਾਲ ਇੱਥੇ ਹਾਲਾਤ ਭੁੱਖਮਰੀ ਵਾਲੇ ਸਟਾਰਟ ਬਣ ਗਏ ਹਨ ਡੰਡੀ। ਦੁਨੀਆ ਭਰ ਦੇ ਮੁਲਕਾਂ ਨੇ ਇਜ਼ਰਾਈਲ ਨੂੰ ਭੇਜੀ ਜਾਂਦੀ ਰਾਹਤ ਸਮੱਗਰੀ ਲਈ ਸਰਹੱਦਾਂ ਖੋਲ੍ਹਣ ਦੀਆਂ ਅਪੀਲਾਂ ਕੀਤੀਆਂ ਹਨ, ਪਰ ਹਾਲੇ ਤੱਕ ਵੀ ਇਹ 20 ਲੱਖ ਤੋਂ ਵਧੇਰੇ ਲੋਕ ਇਜ਼ਰਾਈਲ ਦੀ ਦਇਆ ਦੇ ਪਾਤਰ ਬਣੇ ਘਿਰੇ ਬੈਠੇ ਹਨ ਡੰਡੀ। ਮੁਸਲਿਮ ਸੰਗਠਨ ਹਮਾਸ, ਜੋ ਲਗਾਤਾਰ ਇਜ਼ਰਾਈਲ ਵਿਰੁੱਧ ਲੜਾਈ ਲੜਦਾ ਰਿਹਾ ਹੈ, ਨੇ ਇੰਨੀ ਤਬਾਹੀ ਹੋਣ ਦੇ ਬਾਵਜੂਦ ਵੀ ਹਥਿਆਰ ਨਹੀਂ ਸੁੱਟੇ ਡੰਡੀ। ਹੁਣ ਤੱਕ 40,000 ਤੋਂ ਵਧੇਰੇ ਫਿਲਸਤੀਨੀ ਮਾਰੇ ਜਾ ਚੁੱਕੇ ਹਨ, ਪਰ ਹਮਾਸ ਨੇ ਇਸ ਜੰਗ ਨੂੰ ਜਾਰੀ ਰੱਖਿਆ ਹੋਇਆ ਹੈ ਅਤੇ ਇਜ਼ਰਾਈਲ ਦੇ ਬੰਦੀਆਂ ਨੂੰ ਛੱਡਣ ਤੋਂ ਇਨਕਾਰ ਕੀਤਾ ਹੋਇਆ ਹੈ ਡੰਡੀ। ਦੋਹਾਂ ਦੀ ਸੁਲਾਹ ਕਰਵਾਉਣ ਲਈ ਕਤਰ ਅਤੇ ਮਿਸਰ ਲਗਾਤਾਰ ਯਤਨ ਕਰ ਰਹੇ ਹਨ ਡੰਡੀ। ਕਤਰ ਵਿੱਚ ਹਮਾਸ ਦੇ ਪ੍ਰਤੀਨਿਧ ਵੀ
ਇਹਨਾਂ ਯਤਨਾਂ ਵਿੱਚ ਸ਼ਾਮਲ ਹਨ। ਡੰਡੀ ਪਿਛਲੇ ਕੁਝ ਦਿਨਾਂ ਤੋਂ ਹਮਾਸ ਨੇ ਜੰਗ ਬੰਦੀ ਲਈ ਆਪਣੀਆਂ ਕੁਝ ਤਜਵੀਜ਼ਾਂ ਰੱਖੀਆਂ ਸਨ, ਪਰ ਇਜ਼ਰਾਈਲ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਹੁਣ ਉਸ ਨੇ ਰਾਫਾਹ ਉੱਤੇ ਹਮਲੇ ਦੀ ਤਿਆਰੀ ਕਰ ਲਈ ਹੈ, ਜਿਸ ਨਾਲ ਵੱਡੀ ਪੱਧਰ ਉੱਤੇ ਮਨੁੱਖੀ ਤਬਾਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਡੰਡੀ ਚਾਹੇ ਇਜ਼ਰਾਈਲ ਦਾ ਸਭ ਤੋਂ ਵੱਡਾ ਮਦਦਗਾਰ ਅਮਰੀਕਾ ਵੀ ਉਸ ਉੱਤੇ ਇਹ ਦਬਾਅ ਬਣਾ ਰਿਹਾ ਹੈ ਕਿ ਉਹ ਰਾਫਾਹ ਉੱਤੇ ਹਮਲਾ ਨਾ ਕਰੇ, ਪਰ ਆਪਸੀ ਗੱਲਬਾਤ ਸਿਰੇ ਚੜ੍ਹਦੀ ਨਜ਼ਰ ਨਹੀਂ ਆਉਂਦੀ। ਡੰਡੀ ਇਜ਼ਰਾਈਲ ਦੀਆਂ ਫੌਜਾਂ ਨੇ ਰਾਫਾਹ ਦੀ ਸਰਹੱਦ ਨੂੰ ਘੇਰਾ ਪਾ ਲਿਆ।